ਅੱਜ ਅਗਲੇ 2.5 ਸਾਲ ਦਾ ਭਵਿੱਖ ਤੁਹਾਡਾ ਤੈਅ ਹੋ ਰਿਹਾ ਜਲੰਧਰ, ਵੈਸੇ ਲੋਕ ਤੈਅ ਕਰ ਰਹੇ ਨੇ? ਹਾਂਜੀ, ਮੈਂ ਦੇਖ ਰਿਹਾ ਕਿ ਅੱਜ ਭਾਰੀ ਗਿਣਤੀ 'ਚ ਲੋਕ ਵੋਟ ਪਾਉਣ ਲਈ ਆ ਰਹੇ ਨੇ, ਪਰ ਮੈਂ ਵੀ ਵੋਟ ਪਾਉਣ ਲਈ ਇੱਥੇ ਆਇਆ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਵਿਊ ਜਾਣਨ ਲਈ ਆਏ ਹੋ। ਸੋ ਮੈਂ ਤੁਹਾਨੂੰ ਸਭ ਤੋਂ ਪਹਿਲੇ ਮੈਂ ਜਨਤਾ ਨੂੰ ਬੇਨਤੀ ਕਰਾਂਗਾ ਕਿ ਜੋ ਸਾਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇੱਕ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜੋ ਬਹੁਤ ਵੱਡਾ ਸਾਡੇ ਵਾਸਤੇ ਇੱਕ ਅਧਿਕਾਰ ਵੀ ਹੈਗਾ, ਔਰ ਸਾਡੇ ਕੋਲ ਬਹੁਤ ਰਾਈਟ ਵੀ ਹੈਗਾ, ਔਰ ਬਹੁਤ ਵੱਡੀ ਪਾਵਰ ਹੈਗੀ। ਇਸ ਦਾ ਇਸਤੇਮਾਲ ਜ਼ਰੂਰ ਕੀਤਾ ਜਾਵੇ ਔਰ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣ। ਪਰ ਮੈਨੂੰ ਸਾਫ਼ ਨਜ਼ਰ ਆ ਰਿਹਾ ਇਹਦੇ ਨਾਲ ਵੀ ਕਿ ਜਲੰਧਰ 'ਚ ਵੋਟਾਂ ਪੈ ਰਹੀਆਂ, ਬਸ ਵਿੱਚ ਸਾਰੇ ਲੋਕਾਂ ਨੇ ਮਨ ਬਣਾਇਆ ਕਿ ਅਸੀਂ ਪੰਜਾਬ ਸਰਕਾਰ ਦੇ ਉਮੀਦਵਾਰ ਨੂੰ ਵੋਟਾਂ ਪਾਈਏ, ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਜੋ ਆਮ ਲੋਕਾਂ ਨੂੰ ਪਸੰਦ ਹਨ, ਔਰ ਲੋਕ ਉਮੀਦ ਕਰਦੇ ਹਨ ਕਿ ਅਗਰ ਆਉਣ ਵਾਲੇ ਸਮੇਂ 'ਚ ਅਗਰ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਹੋਏਗਾ ਸਾਡੇ ਇਸ ਹਲਕੇ ਦੇ ਕੰਮ ਹੋਰ ਹੋਣਗੇ, ਵਧੀਆ ਹੋਣਗੇ। ਮੈਨੂੰ ਇੰਨਾ ਪਤਾ ਹੈਗਾ ਕਿ ਲੋਕਾਂ ਨੇ ਜਿਹੜਾ ਆਦਮੀ ਕੰਮ ਕਰੇਗਾ ਅੱਛੇ ਕੰਮ ਕਰੇਗਾ ਲੋਕ ਉਹਨੂੰ ਪਸੰਦ ਕਰਦੇ ਨੇ, ਔਰ ਇਸ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੀ ਜਨਤਾ ਲਈ ਬਹੁਤ ਅੱਛੇ ਕੰਮ ਕਰ ਰਹੇ ਨੇ ਔਰ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ। ਪਿਛਲੇ ਦਿਨੀ ਪ੍ਰਚਾਰ ਦੇ ਦਰਮਿਆਨ ਬਹੁਤ ਜ਼ਿਆਦਾ ਲੋਕਾਂ ਨੂੰ ਵੋਟਰਾਂ 'ਚ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਲੱਗਦਾ ਹੈ ਕਿ ਜਲੰਧਰ ਤਾਂ ਦਲ ਬਦਲੂ ਕਰਕੇ ਜਾਣਨ ਲੱਗ ਪਏ ਨੇ, ਪਤਾ ਕੋਈ ਨਹੀਂ ਜਿਤਾ ਕੇ ਭੇਜੀਏ ਸਾਲ ਬਾਅਦ ਫਿਰ ਨਾ ਪਾਰਟੀ ਬਦਲ ਲੈਣ, ਇਸ ਤਰੀਕੇ ਦੀਆਂ ਚਰਚਾਵਾਂ ਕਰਕੇ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਮੈਨੂੰ ਲੱਗਦਾ ਹੈ ਕਿ ਇਸ ਵਾਰ ਜੋ ਇਲੈਕਸ਼ਨ ਵੋਟਾਂ ਦੀ ਪਰਸੈਂਟੇਜ ਹੈਗੀ ਹੈ ਉਹ ਪਹਿਲੇ ਨਾਲੋਂ ਜ਼ਿਆਦਾ ਹੋਏਗੀ, ਲੋਕਾਂ 'ਚ ਬਹੁਤ ਉਤਸ਼ਾਹ ਹੈਗੇ ਨੇ, ਲੋਕ ਮਹਿਸੂਸ ਕਰ ਰਹੇ ਨੇ ਕਿ ਇਸ ਵਾਰ ਸਾਨੂੰ ਗੋਲਡਨ ਚਾਂਸ ਮਿਲਿਆ ਹੈ ਕਿ ਅਗਰ ਜਿਹੜੇ ਪਿੱਛੇ 2-2.5 ਸਾਲ ਕੰਮ ਨਹੀਂ ਹੋਏ, ਇੱਕ MLA ਜੋ ਹੈ ਰਿਸਪੋਂਸੀਬਲ ਨਹੀਂ ਸੀ ਹੈਗਾ ਜਿਹੜਾ ਚੁਣਿਆ ਗਿਆ, ਹੁਣ ਉਹ ਕਹਿੰਦੇ ਨੇ ਕਿ ਸਾਨੂੰ ਜੋ ਮੌਕਾ ਮਿਲਿਆ ਹੈ ਕਿ ਅਸੀਂ ਜਿਹੜੇ 2.5 ਸਾਲ ਆਉਣ ਵਾਲੇ ਔਰ ਪਿੱਛੇ 2.5 ਸਾਲ ਜਿਹੜਾ ਕੰਮ ਨਹੀਂ ਹੈਗਾ ਉਹ ਵੀ ਕਰਾਉਣ ਵਾਸਤੇ ਸੀ ਜੋ ਹੈ ਕੇਵਲ ਨਾ ਕੇਵਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਚੁਣੀਏ। ਲਾਸਟ ਸਵਾਲ, ਕਹਿੰਦੇ ਕਿ ਜੇ ਕੈਬਨਿਟ 'ਚ ਤੁਸੀਂ ਆ ਸਕਦੇ ਹੋ ਜੇਕਰ ਲੋਕ ਤੁਹਾਨੂੰ ਜਿਤਾ ਦਿੰਦੇ ਆ, ਦੁਆਬੇ ਨੂੰ ਇੱਕ ਮੰਤਰੀ ਹੋਰ ਮਿਲ ਜਾਏਗਾ, ਪਹਿਲਾਂ ਇੱਕ ਹੈ ਇੱਕ ਮੰਤਰੀ ਹੋਰ ਮਿਲ ਜਾਏਗਾ, ਇਸ ਤਰੀਕੇ ਦੀਆਂ ਵੀ ਚਰਚਾਵਾਂ ਨੇ, ਕੋਈ ਗੱਲਬਾਤ ਮੁੱਖ ਮੰਤਰੀ ਨਾਲ ਹੋਈ ਹੈ ਕੈਬਨਿਟ ਨੂੰ ਲੈ ਕੇ? ਦੇਖੋ, ਇਹ ਜਿਹੜਾ ਹੈਗਾ ਪੈਰੋਗੇਟਿਵ ਓਨਰੇਬਲ CM ਦਾ ਹੈਗਾ, ਉਹਨਾਂ ਦੇ ਰਾਈਟ ਹੈਗਾ, ਉਹਦੇ ਬਾਰੇ ਮੈਂ ਕਮੈਂਟਸ ਨਹੀਂ ਕਰ ਸਕਦਾ ਹੈਗਾ। ਮੈਂ ਐਜ਼ ਏ ਵਰਕਰ ਪਾਰਟੀ ਦਾ ਕੰਮ ਕਰ, ਗੱਲਬਾਤ ਹੋਈ ਮੰਤਰੀ ਮੰਡਲ ਨੂੰ ਲੈ ਕੇ? ਨਹੀਂ, ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ, ਮੇਰਾ ਤਾਂ ਕੰਮ ਕਰਨਾ ਪਹਿਲੇ ਇਲੈਕਸ਼ਨ ਲੜ ਕੇ ਜਿੱਤਣਾ। ਫਾਈਟ ਕਿੰਦੇ ਨਾਲ ਲੱਗਦੀ ਹੈ? ਫਾਈਟ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਰਹੀ ਹੈਗੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਬਹੁਤ ਪਿਛੜ ਗਈ ਹੈਗੀ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਕਿਤੇ ਫਾਈਟ 'ਚ ਹੈਗੇ ਨੇ। ਅੱਜ ਅਗਲੇ 2.5 ਸਾਲ ਦਾ ਭਵਿੱਖ ਤੁਹਾਡਾ ਤੈਅ ਹੋ ਰਿਹਾ ਜਲੰਧਰ, ਵੈਸੇ ਲੋਕ ਤੈਅ ਕਰ ਰਹੇ ਨੇ? ਹਾਂਜੀ, ਮੈਂ ਦੇਖ ਰਿਹਾ ਕਿ ਅੱਜ ਭਾਰੀ ਗਿਣਤੀ 'ਚ ਲੋਕ ਵੋਟ ਪਾਉਣ ਲਈ ਆ ਰਹੇ ਨੇ, ਪਰ ਮੈਂ ਵੀ ਵੋਟ ਪਾਉਣ ਲਈ ਇੱਥੇ ਆਇਆ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਵਿਊ ਜਾਣਨ ਲਈ ਆਏ ਹੋ। ਸੋ ਮੈਂ ਤੁਹਾਨੂੰ ਸਭ ਤੋਂ ਪਹਿਲੇ ਮੈਂ ਜਨਤਾ ਨੂੰ ਬੇਨਤੀ ਕਰਾਂਗਾ ਕਿ ਜੋ ਸਾਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇੱਕ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜੋ ਬਹੁਤ ਵੱਡਾ ਸਾਡੇ ਵਾਸਤੇ ਇੱਕ ਅਧਿਕਾਰ ਵੀ ਹੈਗਾ, ਔਰ ਸਾਡੇ ਕੋਲ ਬਹੁਤ ਰਾਈਟ ਵੀ ਹੈਗਾ, ਔਰ ਬਹੁਤ ਵੱਡੀ ਪਾਵਰ ਹੈਗੀ। ਇਸ ਦਾ ਇਸਤੇਮਾਲ ਜ਼ਰੂਰ ਕੀਤਾ ਜਾਵੇ ਔਰ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣ। ਪਰ ਮੈਨੂੰ ਸਾਫ਼ ਨਜ਼ਰ ਆ ਰਿਹਾ ਇਹਦੇ ਨਾਲ ਵੀ ਕਿ ਜਲੰਧਰ 'ਚ ਵੋਟਾਂ ਪੈ ਰਹੀਆਂ, ਬਸ ਵਿੱਚ ਸਾਰੇ ਲੋਕਾਂ ਨੇ ਮਨ ਬਣਾਇਆ ਕਿ ਅਸੀਂ ਪੰਜਾਬ ਸਰਕਾਰ ਦੇ ਉਮੀਦਵਾਰ ਨੂੰ ਵੋਟਾਂ ਪਾਈਏ, ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ, ਜੋ ਆਮ ਲੋਕਾਂ ਨੂੰ ਪਸੰਦ ਹਨ, ਔਰ ਲੋਕ ਉਮੀਦ ਕਰਦੇ ਹਨ ਕਿ ਅਗਰ ਆਉਣ ਵਾਲੇ ਸਮੇਂ 'ਚ ਅਗਰ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਹੋਏਗਾ ਸਾਡੇ ਇਸ ਹਲਕੇ ਦੇ ਕੰਮ ਹੋਰ ਹੋਣਗੇ, ਵਧੀਆ ਹੋਣਗੇ। ਮੈਨੂੰ ਇੰਨਾ ਪਤਾ ਹੈਗਾ ਕਿ ਲੋਕਾਂ ਨੇ ਜਿਹੜਾ ਆਦਮੀ ਕੰਮ ਕਰੇਗਾ ਅੱਛੇ ਕੰਮ ਕਰੇਗਾ ਲੋਕ ਉਹਨੂੰ ਪਸੰਦ ਕਰਦੇ ਨੇ, ਔਰ ਇਸ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੀ ਜਨਤਾ ਲਈ ਬਹੁਤ ਅੱਛੇ ਕੰਮ ਕਰ ਰਹੇ ਨੇ, ਔਰ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ। ਪਿਛਲੇ ਦਿਨੀ ਪ੍ਰਚਾਰ ਦੇ ਦਰਮਿਆਨ ਬਹੁਤ ਜ਼ਿਆਦਾ ਲੋਕਾਂ ਨੂੰ
ਵੋਟਰਾਂ ਚ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਲੱਗਦਾ ਕਿ ਜਲੰਧਰ ਤਾਂ ਦਲ ਬਦਲੂ ਕਰਕੇ ਜਾਣਨ ਲੱਗ ਪਏ ਨੇ, ਪਤਾ ਕੋਈ ਨਹੀਂ ਜਿਤਾ ਕੇ ਭੇਜੀਏ ਸਾਲ ਬਾਅਦ ਫਿਰ ਨਾ ਪਾਰਟੀ ਬਦਲ ਲੈਣ, ਇਸ ਤਰੀਕੇ ਦੀਆਂ ਚਰਚਾਵਾਂ ਕਰਕੇ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਮੈਨੂੰ ਲੱਗਦਾ ਹੈ ਕਿ ਇਸ ਵਾਰ ਜੋ ਇਲੈਕਸ਼ਨ ਵੋਟਾਂ ਦੀ ਪਰਸੈਂਟੇਜ ਹੈਗੀ ਹੈ ਉਹ ਪਹਿਲੇ ਨਾਲੋਂ ਜ਼ਿਆਦਾ ਹੋਏਗੀ, ਲੋਕਾਂ 'ਚ ਬਹੁਤ ਉਤਸ਼ਾਹ ਹੈਗੇ ਨੇ, ਲੋਕੀ ਮਹਿਸੂਸ ਕਰ ਰਹੇ ਨੇ ਕਿ ਇਸ ਵਾਰ ਸਾਨੂੰ ਗੋਲਡਨ ਚਾਂਸ ਮਿਲਿਆ ਹੈ ਕਿ ਅਗਰ ਜਿਹੜੇ ਪਿੱਛੇ 2-2.5 ਸਾਲ ਕੰਮ ਨਹੀਂ ਹੋਏ, ਇੱਕ MLA ਜੋ ਹੈ ਰਿਸਪੋਂਸੀਬਲ ਨਹੀਂ ਸੀ ਹੈਗਾ ਜਿਹੜਾ ਚੁਣਿਆ ਗਿਆ, ਹੁਣ ਉਹ ਕਹਿੰਦੇ ਨੇ ਕਿ ਸਾਨੂੰ ਜੋ ਮੌਕਾ ਮਿਲਿਆ ਹੈ ਕਿ ਅਸੀਂ ਜਿਹੜੇ 2.5 ਸਾਲ ਆਉਣ ਵਾਲੇ ਔਰ ਪਿੱਛੇ 2.5 ਸਾਲ ਜਿਹੜਾ ਕੰਮ ਨਹੀਂ ਹੈਗਾ ਉਹ ਵੀ ਕਰਾਉਣ ਵਾਸਤੇ ਸੀ ਜੋ ਹੈ ਕੇਵਲ ਨਾ ਕੇਵਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਚੁਣੀਏ। ਲਾਸਟ ਸਵਾਲ, ਕਹਿੰਦੇ ਕਿ ਜੇ ਕੈਬਨਿਟ 'ਚ ਤੁਸੀਂ ਆ ਸਕਦੇ ਹੋ ਜੇਕਰ ਲੋਕ ਤੁਹਾਨੂੰ ਜਿਤਾ ਦਿੰਦੇ ਆ, ਦੁਆਬੇ ਨੂੰ ਇੱਕ ਮੰਤਰੀ ਹੋਰ ਮਿਲ ਜਾਏਗਾ, ਪਹਿਲਾਂ ਇੱਕ ਹੈ, ਇੱਕ ਮੰਤਰੀ ਹੋਰ ਮਿਲ ਜਾਏਗਾ, ਇਸ ਤਰੀਕੇ ਦੀਆਂ ਵੀ ਚਰਚਾਵਾਂ ਨੇ, ਕੋਈ ਗੱਲਬਾਤ ਮੁੱਖ ਮੰਤਰੀ ਨਾਲ ਹੋਈ ਹੈ ਕੈਬਨਿਟ ਨੂੰ ਲੈ ਕੇ? ਦੇਖੋ, ਇਹ ਜਿਹੜਾ ਹੈਗਾ ਪੈਰੋਗੇਟਿਵ ਓਨਰੇਬਲ CM ਦਾ ਹੈਗਾ, ਉਹਨਾਂ ਦੇ ਰਾਈਟ ਹੈਗਾ, ਸੋ ਉਹਦੇ ਬਾਰੇ ਮੈਂ ਕਮੈਂਟਸ ਨਹੀਂ ਕਰ ਸਕਦਾ ਹੈਗਾ। ਮੈਂ ਐਜ਼ ਏ ਵਰਕਰ ਪਾਰਟੀ ਦਾ ਕੰਮ ਕਰ ਰਿਹਾ। ਗੱਲਬਾਤ ਹੋਈ ਮੰਤਰੀ ਮੰਡਲ ਨੂੰ ਲੈ ਕੇ? ਨਹੀਂ, ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ, ਮੇਰਾ ਤੇ ਕੰਮ ਕਰਨਾ ਪਹਿਲੇ ਇਲੈਕਸ਼ਨ ਲੜ ਕੇ ਜਿੱਤਣਾ। ਫਾਈਟ ਕਿੰਦੇ ਨਾਲ ਲੱਗਦੀ ਹੈ? ਫਾਈਟ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਰਹੀ ਹੈਗੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਬਹੁਤ ਪਿਛੜ ਗਈ ਹੈਗੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਕਿਤੇ ਫਾਈਟ 'ਚ ਹੈਗੇ ਨੇ।